ਚੈਨਲ ਦੇਖਣ ਵਾਲਿਆਂ ਨੂੰ ਜੀ ਆਇਆਂ ਜੀ ਹਮੇਸ਼ਾ ਹੀ ਆਪਾਂ ਜੋ ਮਲਾਇਆਂ ਨਾਲ ਸੰਬੰਧ ਖਬਰਾਂ ਹਨ ਪਾਣੀ ਪੈਨਸ ਸਕੀਮ ਹੈ ਡੀਏ ਬਾਰੇ ਜਾਂ ਛੇਵੇਂ ਪੰਖ ਸੁਧਰ ਮਾਰੇ ਆਪਾਂ ਹਮੇਸ਼ਾ ਹੀ ਜੋ ਖਬਰਾਂ ਸਾਂਝੀਆਂ ਕਰਦੇ ਹਾਂ ਜੀ ਅੱਜ ਦੀ ਤਾਜ਼ਾ ਖਬਰ ਹੈ ਜੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪੈਨਸ ਸਕੀਮ ਸੰਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ ਨੂੰ ਇੱਕ ਪੱਤਰ ਜਾਰੀ ਕਰਕੇ ਫੈਨ ਪੈਨਸ ਸੰਬੰਧੀ ਵਿਨੇਂਦੀ ਕਾਰਵਾਈ ਡੀ ਡੀਓ ਵੱਲੋਂ ਕੀਤੇ ਜਾਣਦੇ ਹੁਕਮ ਜਾਰੀ ਕੀਤੇ ਹਨ ਜੀ ਪੰਜਾਬ ਸਰਕਾਰ ਵੱਲੋਂ ਨਵੀਂ ਪੈਨਸ਼ਨਾਂ ਯੋਜਨਾ ਤਹਿਤ ਮਲਾਜਮਾਂ ਦੇ ਮਰਨ ਉਪਰੰਤ ਉਹਨਾਂ ਦੇ ਪਰਿਵਾਰਾਂ ਨੂੰ ਇਸ ਦਾ ਲਾਭ ਦੇਣ ਲਈ ਆਸ਼ਾ ਨਿਮਾੰਗੀਤੀ ਸੀ ਜਿਸ ਵਾਸਤੇ ਸਾਰੇ ਮਲਾਜਮਾਂ ਦੀਆਂ ਅਰਜ਼ੀਆਂ ਡੀਪੀਐਚ ਦਫ਼ਤਰ ਵਿੱਚ ਹੀ ਭੇਜਣ ਲੱਗ ਗਏ ਵੱਡੇ ਪੱਧਰ ਤੇ ਅਰਜ਼ੀਆਂ ਨੂੰ ਪ੍ਰਾਪਤ ਹੋਣ ਕਰਕੇ ਹੁਣ ਵਿਭਾਗ ਨੇ ਇਹ ਪੱਤਰ ਜਾਰੀ ਕਰਕੇ ਸਵਾਰਥ ਕੀਤਾ ਹੈਗੇ ਇਹ ਕੰਮ ਤਾਂ ਸਕੂਲ ਬਦਲਤੇ ਹੀ ਉਹ ਸਾਦੇ ਹਨ ਇਸ ਲਈ ਸਮਰੱਥ ਵਿਭਾਗ ਨੂੰ ਇਹਨਾਂ ਅਰਜ਼ੀਆਂ ਦੀ ਕੋਈ ਤੱਕ ਨਹੀਂ ਮੰਨਦੀ ਇਸ ਤੋਂ ਪਹਿਲਾਂ ਫੈਨ ਹੀ ਪੈਨਸ਼ਨ ਦੀ ਆਪਸ਼ਨ ਲੈਣ ਵਾਲੇ ਮੁਲਾਜ਼ਮ ਡੀਪੀਆਈ ਦਫ਼ਤਰ ਵਿੱਚ ਹੀ ਆਪਣੀ ਪ੍ਰਤੀ ਬੇਨਤੀ ਪੇਰੇ ਸਨ ਜਿਸ ਤੇ ਡਿਊਟੀ ਕੰਟਰੋਲ ਵਿਤ ਤੇ ਲੇਖਾ ਨੇ ਆਪਣਾ ਪਤਾ ਦੀ ਕਮਜ਼ਾਰ ਕਰਦਿਆਂ ਇਸ ਨੂੰ ਗੈਰ ਲਡਿੰਦੀ ਕਾਰਵਾਈ ਦੱਸਿਆ ਆਪਣੇ ਪੱਤਰ ਵਿੱਚ ਘਾਰੀਆਂ ਨੇ ਹਦਾਇਤ ਕੀਤੀ ਹੈ ਕਿ ਜਿਹੜੇ ਮੁਲਾਜ਼ਮ ਫੈਮਿਲੀ ਪੈਨਸ਼ਨ ਦੀ ਆਪਸ਼ਨ ਲੈਣ ਦੇ ਉਛੇ ਖੰਨ ਉਹਨਾਂ ਦੀ ਆਪਸ਼ਨਾ ਨੂੰ ਉਹਨਾਂ ਦੀਆਂ ਆਪਸ਼ਨਾ ਦੇ ਵਿਚਾਰ ਡੀ ਡੀਓ ਨਹੀਂ ਕਰਨਾ ਹੈ ਇਸ ਲਈ ਇਹਨਾਂ ਦੀਆਂ ਅਰਜ਼ੀਆਂ ਨੂੰ ਡੀਪੀਏ ਦਫ਼ਤਰ ਜਾਂ ਲੇਖਾ ਸ਼ਾਖਾ ਨੂੰ ਨਾ ਭੇਜਿਆ ਜਾਣ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਹਦਾਇਤ ਜਾਰੀ ਕੀਤੀ ਗਈ ਹੈ ਹਮ ਜੀ ਨਵੇਂ ਹੁਕਮਾਂ ਵਿੱਚ ਕਿਹਾ ਗਿਆ ਹੈਗੇ ਸਮੂਹ ਵਿਦਿਆਰਥੀ ਪਹਿਲਾਂ 15 ਜਨਵਰੀ ਤੱਕ ਮਾਨਸਾਨਾਂ ਤੇ ਹੁਣ ਵਿਦਿਆਰਥੀ 25 ਜਨਵਰੀ ਤੱਕ ਬੰਦ ਰਹਿਣਗੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਵਿੱਚ ਸਕੂਲ ਸਿੱਖਿਆ ਭਾਗ ਵੱਲੋਂ ਅਧਿਆਪਕ ਨੂੰ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਪੜਾਉਣ ਲਈ ਕਿਹਾ ਗਿਆ ਸੀ ਇਹਨਾਂ ਹੁਕਮਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ ਅਧਿਆਗ ਆਮਦਨਾਂ ਮੰਗ ਸਕੂਲ ਆਉਣਗੇ ਜੀ ਚੋਣ ਕਮਿਸ਼ਨ ਵੱਲੋਂ ਜੁਪੀ ਪੰਜਾਬ ਸਮੇਤ ਚੋਣਾਂ ਵਾਲੇ ਰਾਜਾਂ ਵਿੱਚ ਰੈਲੀਆਂ ਤੇ ਰੋਡ ਸ਼ੋਅ ਤੇ 22 ਜਨਵਰੀ ਤੱਕ ਰੋਕ ਲਾ ਦਿੱਤੀ ਹੈ ਜੀ